कोरोना काल के दौरान केंद्र सरकार अते पंजाब सरकार वालों सख्ती नाल आदेश जारी किए गए सन कि कोई भी विधायक अदारा चाहे प्राइवेट होवे चाहे सरकारी होवे नहीं खोलिया जाएगा। अते हुण पंजाब सरकार वालों जारी किए गए नवीं गाइडलाइन मुताबिक 15 अक्टूबर तो सिख अदारे खोलन जाने की गल आखी गई है, पर हुशियारपुर की गल की जाए तो हुशियारपुर ते सरकार दे आदेशा दा कोई असर दिखाई नहीं दे रहा। यह तस्वीर पेश हैं हुशियारपुर के एक आईलैट सेंटर दी जिथे की प्रशासन अते सरकार दे आदेशा दी धज्जियां उड़दियां नजर आईयां। हुशियारपुर के बस अड्डा रोड ते जस्सा सिंह रामगढ़िया चौंक शरियामे आईलैट सेंटर बेकऑफ खोलिया जाता है अते कीता जांदा है बच्चे दी जान नाल खिलवाड़। जदों लगियां क्लासां दे हालात देखे गए तां ना ही समाजिक दूरी नजर आई ते ना ही मास्क। इन्हां हालातां विच खुल रहा है आईलैट सेंटर। जदों इस अधारे दे मालिक गुरप्रीत सिंह नाल गल कीती गई तां उन्हां दे रंग उड़दे नजर आए अते कोई पुख्ता जवाब नहीं मिलिया। इह सेंटर पिछले काफी दिनां तों प्रशासन दे नक्क थले चला रहे हन अते प्रशासन नूं वी इस दी कोई भनक नहीं। ਸਰ ਇੰਸਟੀਚਿਊਟ ਐਸੀ ਤਸੇ ਇਮੀਗ੍ਰੇਸ਼ਨ ਦਾ ਕੰਮ ਚੱਲ ਰਿਹਾ ਜਿਹਦੇ ਵਿੱਚ ਫਾਈਲਾਂ ਲੱਗ ਰਹੀਆਂ ਹੈਗੀਆਂ ਨੇ, ਵੀਜ਼ਾ ਦਾ ਕੰਮ ਹੋ ਰਿਹਾ ਹੈਗਾ ਨੂੰ ਜਿਹਦੇ ਵਿੱਚ ਆਫ ਲੈਟਰਸ ਆਈਆਂ, ਆਹ ਵੀ ਹੁਣ ਕਲੈਂਡ ਆਇਆ ਹੋਇਆ ਸੀ, ਵੀ ਆਫ ਲੈਟਰ ਆਈ ਹੋਈ ਆ, ਫੀਸ ਵਗੈਰਾ ਜੋ ਵੀ ਇਹਨਾਂ ਦਾ ਡਿਪੋਜ਼ਿਟ ਵਗੈਰਾ ਹੁੰਦਾ ਹੈਗਾ ਉਹ ਪ੍ਰੋਸੀਜਰ ਕਰ ਰਹੇ ਹੈਗੇ। ਨਹੀਂ ਪਰ ਤੁਹਾਡੇ ਕਲਾਸਿਸ ਵੀ ਲੱਗੀਆਂ, ਮੈਂ ਦੇਖ ਕੇ ਆਇਆ। ਕਲਾਸਿਸ ਨਹੀਂ ਹੈਗੀਆਂ ਸਰ, ਬੱਚੇ ਹੈ ਨਹੀਂ ਗੇ ਤੁਹਾਡੇ ਇੰਸਟੀਚਿਊਟ 'ਚ? ਉਹਦੇ ਵਿੱਚ ਕੀ ਹੈ ਸਰ, ਅਸੀਂ ਓਰੀਐਂਟੇਸ਼ਨ ਕਰਵਾਉਂਦੇ ਹਾਂ। ਇਸ ਵੇਲੇ ਤੁਹਾਡੇ ਇੰਸਟੀਚਿਊਟ 'ਚ ਕਿੰਨੇ ਬੱਚੇ ਹੋਊਗੇ? ਸਰ ਇਸ ਟਾਈਮ ਦੇਖੋ ਮੇਰੇ ਕੋਲ ਤਾਂ ਇਸ ਟਾਈਮ ਮੇਰੇ ਲੱਗਦਾ 15-16 ਸਟੂਡੈਂਟਸ ਹੋਣੇ ਆ। ਮੈਂ ਇਹਦੀ ਅਥਾਰਟੀ ਕਿੱਥੋਂ ਲਈ ਤੁਸੀਂ ਸਰ? ਸਰ ਇਹਦੇ ਵਿੱਚ ਇੱਦਾਂ ਨਾ ਸਰ, ਰੋਲਿੰਗ ਸਟੂਡੈਂਟਸ ਹੈ, ਕੋਈ ਸਵੇਰੇ ਆਉਂਦਾ ਕੋਈ ਸ਼ਾਮ ਨੂੰ ਆਉਂਦਾ, ਹੈ ਨਾ। ਮੈਂ ਇਹ ਪੁੱਛਿਆ ਨਹੀਂ ਵੀ ਕਦੋਂ ਆਉਂਦੇ ਕਦੋਂ ਨਹੀਂ, ਮੈਂ ਤਾਂ ਇਹ ਪੁੱਛਿਆ ਵੀ ਤੁਸੀਂ ਇਹਦੀ ਅਥਾਰਟੀ ਕਿੱਥੋਂ ਆਈ ਤੁਹਾਡੇ ਕੋਲ? ਕੀ ਪ੍ਰਸ਼ਾਸਨ ਨਾਲ ਮਿਲੀ ਭੁਗਤਾ ਜਾਂ ਡਿਪਾਰਟਮੈਂਟਲ ਕੁਛ ਇੱਦਾਂ ਦਾ ਆ, ਐਜੂਕੇਸ਼ਨ ਡਿਪਾਰਟਮੈਂਟ ਨਾਲ ਕੋਈ ਸੈਟਿੰਗ ਆ, ਜਾਂ ਕਿਸ ਅਥਾਰਟੀ ਤੇ ਤੁਸੀਂ ਬੈਠੇ ਹੋ ਖੋਲ ਕੇ? ਸਰ ਇੱਦਾਂ ਦੇਖੋ 15th ਤੋਂ ਸਾਰੇ ਇੰਸਟੀਟਿਊਸ਼ਨ ਓਪਨ ਹੋ ਰਹੇ ਨੇ। ਬਿਲਕੁਲ, ਅਸੀਂ ਉਹਨਾਂ ਨੂੰ ਇਹ ਹੈ ਕਿ ਆ ਕੇ ਇੱਥੇ ਐਡਮਿਸ਼ਨ ਵੀ ਕਰਵਾ ਰਹੇ ਹਾਂ, ਕਿਉਂਕਿ 15 ਤੋਂ ਅਸੀਂ ਕਲਾਸਿਸ ਰੈਗੂਲਰ ਓਪਨ ਜਿਹੜੀਆਂ ਜੋ ਗਾਈਡਲਾਈਨਸ ਹੈਗੀਆਂ। ਯਾਰ ਤੁਸੀਂ ਸਾਡੇ ਨਾਲ 2 ਮਿੰਟ ਟਾਈਮ ਦਊਂਗੇ ਆਪਾਂ ਤੁਹਾਡੇ ਇੰਸਟੀਚਿਊਟ ਦੇ, ਤੁਹਾਨੂੰ ਸ਼ੋਰਟ ਖਾਣੇ ਕਲਾਸਾਂ ਲੱਗੀਆਂ, ਤੁਸੀਂ ਕਹਿੰਦੇ ਨਹੀਂ ਆ, ਇੱਦਾਂ ਵਧੀਆ ਨਹੀਂ ਲੱਗਦਾ ਸਰ। ਆਈ ਵੀ ਤੁਹਾਡੇ ਨਾਲ ਹੀ ਹੈ ਸਰ। ਹਾਂਜੀ, ਕੀ ਕਹੋਗੇ ਵੀ ਇਹ ਗਲਤ ਹੈ, ਐਗਰੀ ਕਰਦੇ? ਦੇਖੋ ਸਰ, ਜਿਹੜੀ ਇਹ ਤਾਂ ਗੱਲ ਹੈਗੀ ਆ ਸੀ ਵੀ ਆਪਾਂ ਗਾਈਡਲਾਈਨਸ ਪੂਰੀਆਂ ਫੁਲਫਿਲ ਕਰ ਰਹੇ ਹੈਗੇ ਆ। ਕਿਵੇਂ ਕਿਵੇਂ ਹੋਈਆਂ ਗਾਈਡਲਾਈਨਸ ਪੂਰੀਆਂ? 15 ਨੂੰ 15 ਨੂੰ ਇੰਸਟੀਚਿਊਟ ਖੋਲਨੇ ਆ, ਕਲਾਇੰਟ ਤੁਸੀਂ ਪਹਿਲੇ ਹੀ ਬੁਲਾਉਣੇ ਆ, ਪ੍ਰਾਇਰ ਅਪਾਇੰਟਮੈਂਟ ਤੇ ਹੀ ਬੁਲਾਈਦਾ, ਇਦਾਂ ਨਹੀਂ ਕਿ ਵੀ ਕੋਈ ਵਾਕਿੰਗ ਆ ਰਿਹਾ ਜਾਂ ਕੁਝ ਹੈ, ਅਸੀਂ ਉਹ ਚੀਜ਼ ਨਹੀਂ ਕਰ ਰਹੇ। ਕਿੰਨੇ ਦਿਨ ਤੋਂ ਚੱਲ ਰਹੀ ਹੈ? ਕਿੰਨੇ ਦਿਨ ਤੋਂ ਆ ਰਹੇ ਆ? ਹਾਂਜੀ, ਇੱਕ ਮਹੀਨੇ ਤੋਂ ਆ ਰਹੇ ਬੱਚੇ, ਰੈਗੂਲਰ ਆ ਰਹੇ? ਕਿੰਨੇ ਬੈਚ ਚੱਲ ਰਹੇ ਆ? ਸਰ 2 ਆ, ਇੱਕ ਇੱਧਰ ਇੱਕ ਨਾਲ ਦੀ ਕਲਾਸ ਚੱਲ ਰਹੀ ਹੈ। ਪ੍ਰਾਈਮ ਮੁੱਦੇ ਲਈ ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ।